ਸਤਿ ਸ੍ਰੀ ਅਕਾਲ, ਨਮਸਕਾਰ ਅਤੇ ਆਦਾਬ। ਕੈਲੀਗਰੀ ਦੇ ਸਾਰਿਆਂ ਸਰੋਤਿਆਂ ਨੂੰ ਇੱਕ ਬਹੁਤ ਵੱਡੀ ਖੁਸ਼ਖਬਰੀ। ਜਿਹੜੇ ਕਲਾਸੀਕਲ ਸੰਗੀਤ ਨਾਲ ਪਿਆਰ ਕਰਦੇ ਹਨ, ਹੋਰ ਪ੍ਰੋਗਰਾਮ ਇੱਥੇ ਬਹੁਤ ਹੁੰਦੇ ਆ, ਪਰ ਜਿਹੜੇ ਕਲਾਸੀਕਲ ਸੰਗੀਤ ਨਾਲ ਸੰਬੰਧਿਤ ਹੈ ਉਹਨਾਂ ਵਾਸਤੇ ਖਾਸ ਕਰਕੇ ਇਹ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ। ਸੋ ਇਹ ਪ੍ਰੋਗਰਾਮ ਸਰਵ ਅਕਾਲ ਮਿਊਜ਼ਿਕ ਸੁਸਾਇਟੀ ਆਫ ਕੈਲਗਰੀ ਵੱਲੋਂ ਇੰਡੀਅਨ ਕਲਾਸੀਕਲ ਸੰਗੀਤ ਸੰਮੇਲਨ ਕਰਵਾਇਆ ਜਾ ਰਿਹਾ ਹੈ। ਇਸ ਸੰਮੇਲਨ ਦੇ ਵਿੱਚ ਦੁਨੀਆ ਦੇ ਉੱਘੇ ਕਲਾਕਾਰ, ਜਿਨ੍ਹਾਂ ਨੂੰ ਇੱਕ ਇੰਡੀਆ ਦੇ ਨਹੀਂ ਦੁਨੀਆ ਦੇ ਉੱਘੇ ਕਲਾਕਾਰ ਜਿਨ੍ਹਾਂ ਨੂੰ ਦੁਨੀਆ ਸੁਣਨ ਲਈ ਤਰਸਦੀ ਆ, ਉਹ ਅੱਜ ਉਹ ਸਤੰਬਰ 16-17 ਦਿਨ ਸ਼ੁੱਕਰ ਸਨਿਚਰ ਸ਼ਾਮ ਨੂੰ 5 ਤੋਂ 10 ਵਜੇ ਤੱਕ ਮੌਂਟਰਾਇਲ ਯੂਨੀਵਰਸਿਟੀ ਕੈਲਗਰੀ ਵਿੱਚ ਪਹੁੰਚ ਰਹੇ ਹਨ। ਉਹਦੇ ਵਿੱਚ ਜਿਹੜੇ ਕਲਾਕਾਰ ਭਾਗ ਲੈ ਰਹੇ ਹਨ ਉਹ ਉਹਨਾਂ ਦੇ ਨਾਮ ਮੈਂ ਤੁਹਾਡੇ ਨਾਲ ਸਾਂਝੇ ਕਰਦਾ। ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਇਹ ਕਲਾਕਾਰ ਸਾਡੇ ਸ਼ਹਿਰ ਵਿੱਚ, ਉਸਤਾਦ ਸ਼ਾਹਿਦ ਪਰਵੇਜ਼ ਖਾਨ, ਜਿਹੜੇ ਕਿ ਸਤਾਰ ਦੇ ਬੜੇ ਮਸ਼ਹੂਰ ਔਰ ਚੰਗੇ ਕਲਾਕਾਰ ਜਿਨ੍ਹਾਂ ਨੂੰ ਦੁਨੀਆ ਮੰਨਦੀ ਹੈ, ਉਹ ਤੁਹਾਡੇ ਸ਼ਹਿਰ ਵਿੱਚ ਆ ਰਹੇ ਹਨ। ਉਸਤਾਦ ਸੁਖਵਿੰਦਰ ਸਿੰਘ ਪਿੰਕੀ, ਜਿਹੜੇ ਤਬਲਾ ਦੇ ਮਾਹਰ ਅਤੇ ਜੋੜੀ ਵਾਦਨ, ਮੈਂ ਆਪਣੀ ਸਿੱਖ ਕਮਿਊਨਿਟੀ ਨੂੰ ਇਹ ਬੇਨਤੀ ਕਰਦਾ ਕਿ ਉਹਨਾਂ ਦੀ ਜੋੜੀ ਅਤੇ ਤਬਲੇ ਵਿੱਚ ਫਰਕ ਆ। ਜਿਹੜੀ ਜੋੜੀ ਹੈ ਉਹ ਗੁਰੂ ਮਹਾਰਾਜ ਨੇ ਸਾਨੂੰ ਕੀਰਤਨ ਵਾਸਤੇ ਬਖਸ਼ੀ ਹੈ, ਤਬਲਾ ਤਾਂ ਆਮ ਜਿਹੜੇ ਪ੍ਰੋਗਰਾਮ ਉਹਨਾਂ ਦੇ ਵਿੱਚ ਚੱਲਦਾ ਹੈ। ਸੋ ਜੋੜੀ ਵਾਲਨ, ਤੁਸੀਂ ਜੋੜੀ ਦਾ ਉਹਨਾਂ ਦਾ ਜੋ ਕਲਾ ਹੈ ਉਹ ਤੁਸੀਂ ਦੇਖੋਗੇ ਕਿ ਉਹਨਾਂ ਦੇ ਵਿੱਚ ਕਿੰਨੀ ਕੁ ਕਲਾ ਹੈ। ਇਸ ਤੋਂ ਉਪਰੰਤ ਵਿਦੂਸ਼ੀ ਕੌਸ਼ਕੀ ਚੱਕਰਵਰਤੀ, ਇਹ ਦੁਨੀਆ ਦੇ ਕੋਨੇ ਕੋਨੇ ਦੇ ਵਿੱਚ ਇਹਦਾ ਨਾਂ ਮਸ਼ਹੂਰ ਹੋ ਚੁੱਕਾ ਹੈ। ਇਹਨਾਂ ਦਾ ਬੜੇ ਹੀ ਅੰਦਾਜ਼ ਨਾਲ ਇਹ ਕਲਾਸੀ ਮਿਊਜ਼ਿਕ, ਜਿਹੜਾ ਕਲਾਸੀ ਸੰਗੀਤ ਪੇਸ਼ ਕਰਦੇ ਹਨ, ਜਿਹਨੂੰ ਕਿ ਦੁਨੀਆ ਦੇਖ ਕੇ ਆਸ਼ਸ਼ ਕਰ ਉੱਠਦੀ ਹੈ, ਇਹ ਤੁਹਾਡੇ ਸ਼ਹਿਰ ਵਿੱਚ ਆ ਰਹੀ ਹੈ। ਮਿਸਟਰ ਆਯੂਸ਼ ਘੋਸ਼, ਜਿਹੜਾ ਕਿ ਯੰਗ ਲੜਕਾ ਇੱਥੋਂ ਤੁਹਾਡੇ ਸ਼ਹਿਰ ਦਾ ਹੀ, ਜਿਹੜਾ ਸਤਾਰ ਇੱਥੋਂ ਹੀ ਸਿੱਖਿਆ, ਉਹ ਵੀ ਤੁਹਾਡੇ ਸਟੇਜ 'ਤੇ ਆ ਕੇ ਆਪਣਾ ਕਲਾ ਦਾ ਜੋਰ ਦਿਖਾਏਗਾ। ਹਰਦੀਪ ਸਿੰਘ ਚਾਨਾ, ਇਹ ਹਾਰਮੋਨੀਅਮ 'ਤੇ ਆਪਣੀ ਕਲਾ ਪੇਸ਼ ਕਰਨਗੇ। ਹਰ ਸਿੰਘ ਦਿਲਰੁਆ, ਇਹ ਦਿਲਰੁਆ ਪੇਸ਼ ਕਰਨਗੇ। ਸੋ ਇਹ ਸਾਰੇ ਕਲਾਕਾਰ ਤੁਹਾਡੇ ਸ਼ਹਿਰ ਵਿੱਚ ਪਹੁੰਚ ਰਹੇ ਆ। ਸੋ ਆਪ ਸਾਰਿਆਂ ਨੂੰ ਬੇਨਤੀ ਹੈ ਕਿ ਇਹਨਾਂ ਦੀ ਕਲਾ, ਇਹਨਾਂ ਦਾ ਆਰਟ ਦੇਖਣ ਵਾਸਤੇ ਤੁਸੀਂ ਸਾਰੇ ਹੁੰਮਾ ਕੇ ਉਸ ਦਿਨ ਉਸ ਹਾਲ ਦੇ ਵਿੱਚ ਪਹੁੰਚੋ ਅਤੇ ਆਨੰਦ ਮਾਣੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।